ਦਿੱਲੀ ਦੇ ਨੋਇਡਾ ਦੀ ਸ਼ਾਰਦਾ ਯੂਨੀਵਰਸਿਟੀ 'ਚ ਇੱਕ ਕੁੜੀ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਸਦੇ ਆਸ-ਪਾਸ ਖੜ੍ਹੇ ਕਾਫ਼ੀ ਸਾਰੇ ਨੌਜਵਾਨ ਅਤੇ ਲੋਕ ਤਮਾਸ਼ਬੀਨ ਬਣ ਕੇ ਤਮਾਸ਼ਾ ਵੀ ਵੇਖ ਰਹੇ ਸਨ, ਪਰ ਕੋਈ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਸੀ ਕਰ ਰਿਹਾ। ਅਜਿਹੇ ਵਿੱਚ ਇੱਕ ਸਿੱਖ ਨੌਜਵਾਨ ਮਨਜੋਤ ਸਿੰਘ ਰੀਨ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਅਤੇ ਖੁਦਕੁਸ਼ੀ ਕਰਨ ਲਈ ਲਟਕੀ ਹੋਈ ਕੁੜੀ ਨੂੰ ਜਾਨ 'ਤੇ ਖੇਡ ਕੇ ਬਚਾ ਲਿਆ ਹੈ। ਮਨਜੋਤ ਨੇ ਦੱਸਿਆ ਹੈ ਕਿ ਜਦੋਂ ਉਸਨੇ ਮਾਨਸਿਕ ਤੌਰ 'ਤੇ ਪਰੇਸ਼ਾਨ ਕੁੜੀ ਨੂੰ ਖੁਦਕੁਸ਼ੀ ਕਰਨ 'ਤੇ ਉਤਾਰੂ ਹੋਈ ਦੇਖਿਆ ਤਾਂ ਉਸਨੇ ਪਹਿਲਾਂ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਜਦ ਉਹ ਨਾ ਮੰਨੀ ਤਾਂ ਮਨਜੋਤ ਨੇ ਬਿਜਲੀ ਦੀ ਤੇਜ਼ੀ ਨਾਲ ਜਾ ਕੇ ਉਸਨੂੰ ਫੜ ਲਿਆ। ਹਾਲਾਂਕਿ ਇਸ ਦੌਰਾਨ ਕੁੜੀ ਛੱਤ ਤੋਂ ਹੇਠਾਂ ਲਟਕ ਚੁੱਕੀ ਸੀ, ਪਰ ਮਨਜੋਤ ਦੀਆਂ ਮਜ਼ਬੂਤ ਬਾਹਾਂ ਨੇ ਉਸਨੂੰ ਹੇਠਾਂ ਡਿੱਗਣ ਤੋਂ ਬਚਾ ਲਿਆ। ਸਿੱਖ ਨੌਜਵਾਨ ਦੀ ਇਸ ਬਹਾਦਰੀ ਨੂੰ ਦੇਖ ਕੇ ਹਰ ਕੋਈ ਅਸ਼ਸ਼ ਕਰ ਉੱਠਿਆ। ਇਸ ਮੌਕੇ ਮਨਜੋਤ ਸਿੰਘ ਨੇ ਹੋਰ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਮੌਕਿਆਂ 'ਤੇ ਉਹਨਾਂ ਨੂੰ ਤਮਾਸ਼ਬੀਨ ਬਣ ਕੇ ਤਮਾਸ਼ਾ ਨਹੀਂ ਦੇਖਣਾ ਚਾਹੀਦਾ, ਸਗੋਂ ਵੀਡੀਓ ਬਣਾਉਣ ਦੀ ਥਾਂ ਕਿਸੇ ਪੀੜਤ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਹਾਨੂੰ ਦੱਸ ਦਈਏ ਕਿ ਮਨਜੋਤ ਸਿੰਘ ਜੰਮੂ ਦਾ ਰਹਿਣ ਵਾਲਾ ਹੈ ਜੋ ਕਿ ਸ਼ਾਰਦਾ ਯੂਨੀਵਰਸਿਟੀ 'ਚ ਬੀਟੈਕ ਦੀ ਪੜ੍ਹਾਈ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹ ਭੰਗੜਾ ਕੋਚ ਹੈ ਅਤੇ ਪਾਰਟ ਟਾਈਮ 'ਤੇ ਕੰਮ ਵੀ ਕਰਦਾ ਹੈ। ਜ਼ਹਿਨ ਵਿੱਚ ਮੇਰੇ ਤੇ ਉਸ ਟਾਈਮ ਆਹੀ ਗੱਲ ਚੱਲ ਰਹੀ ਸੀ ਕਿ ਜਾਂ ਤਾਂ ਮੈਂ ਥੱਲੇ ਜਾਊਂਗਾ ਇਹਦੇ ਨਾਲ ਅਤੇ ਜਾਂ ਫਿਰ ਮੈਂ ਕੁੜੀ ਨੂੰ ਬਚਾਉਣਾ। ਹੁਣ ਅਗਰ ਮੈਂ ਆਹ ਸੋਚਦਾ ਕਿ ਮੈਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਤਾਂ ਮੈਂ ਸ਼ਾਇਦ ਕਦੇ ਅੱਗੇ ਵੱਧ ਨਹੀਂ ਸਕਦਾ ਸੀ। ਉਸ ਟਾਈਮ ਮੈਂ ਬਸ ਆਪਣੇ ਆਪ ਨੂੰ ਇੱਦਾਂ ਸਮਝਾਇਆ ਕਿ ਕਿਸ ਤਰ੍ਹਾਂ ਵੀ ਕਰਕੇ ਇਸ ਕੁੜੀ ਦੀ ਬਾਂਹ ਫੜ ਲਾ, ਕਿਉਂਕਿ ਅਗਰ 5 ਮਿੰਟ ਹੋਰ ਹੋ ਜਾਂਦੇ ਜਾਂ 2 ਮਿੰਟ ਹੋਰ ਹੋ ਜਾਂਦੇ ਉਸ ਕੁੜੀ ਨੇ ਵੈਸੇ ਹੀ ਪ੍ਰੈਸ਼ਰਾਈਜ਼ ਹੋ ਕੇ ਜੰਪ ਕਰ ਲੈਣਾ ਸੀ। ਸਰ ਮੈਂ ਆਪਣੇ ਫਰੈਂਡਸ ਕੇ ਸਾਥ ਛੁੱਟੀ ਹੋ ਗਈ ਸੀ ਸਾਨੂੰ ਕਲਾਸ ਤੋਂ ਅਤੇ ਅਸੀਂ ਕੈਂਟੀਨ ਹੀ ਜਾ ਰਹੇ ਸੀ ਖਾਣ। ਉਹ 6th ਫਲੋਰ 'ਤੇ ਕੈਂਟੀਨ ਹੈ ਅਤੇ 4th ਫਲੋਰ 'ਤੇ ਮੈਂ ਪੁੱਜਿਆ ਅਤੇ ਉੱਥੇ ਥੱਲੇ ਰੋਲ ਸ਼ੋਰ ਪੈ ਰਿਹਾ ਸੀ ਅਤੇ ਮੈਂ ਉੱਥੋਂ ਦੇਖਿਆ ਅਤੇ ਮੈਂ ਉੱਧਰੋਂ ਭੱਜਦਾ ਹੋਇਆ ਥੱਲੇ ਆਇਆ। 1st ਫਲੋਰ 'ਤੇ ਮੈਂ ਆਇਆ, ਆਪਣੇ ਬ੍ਰਿਜ ਦੇ ਕੋਲ ਪੁੱਜਿਆ। ਉੱਥੇ ਉਹ ਕੁੜੀ ਸਾਰਿਆਂ ਨੂੰ ਕਹਿ ਰਹੀ ਸੀ ਕਿ ਮੇਰੇ ਕੋਲ ਕਿਸੇ ਨੇ ਨਹੀਂ ਆਉਣਾ, ਕਿਉਂਕਿ ਜੋ ਮੇਰੇ ਕੋਲ ਆਏਗਾ ਮੈਂ ਛਲਾਂਗ ਲਗਾ ਦੂੰਗਾ। ਮੈਂ ਬਸ ਉਸ ਕੁੜੀ ਨੂੰ ਇੰਨਾ ਪੁੱਛਿਆ, ਤੈਨੂੰ ਗੱਲ ਕੀ ਹੈ, ਤੂੰ ਗੱਲ ਦੱਸ, ਤੈਨੂੰ ਕਿਸੇ ਨੇ ਪਰੇਸ਼ਾਨ ਕੀਤਾ ਕੁਛ ਕੀਤਾ? ਉਹ ਕੁੜੀ ਕੁਛ ਵੀ ਨਹੀਂ ਕਹਿ ਰਹੀ ਸੀ, ਬਸ ਆਪਣਾ ਸਿਰ ਹਿਲਾਉਂਦੀ ਸੀ ਥੋੜ੍ਹਾ ਜਿਹਾ। ਬਸ ਇੱਦਾਂ ਕਰਦੇ ਕਰਦੇ ਸਰ ਉੱਥੇ ਹੋਰ ਲੋਕ ਆ ਗਏ, ਸਾਰਿਆਂ ਨੇ ਮਿਲ ਕੇ ਉਸਨੂੰ ਥੋੜ੍ਹਾ ਕੰਫਰਟ ਕਰਨਾ ਸ਼ੁਰੂ ਕੀਤਾ। ਲੋਕ ਆਸਤਾ ਆਸਤਾ ਉਹਦੇ ਕੋਲ ਆਉਣਾ ਸ਼ੁਰੂ ਹੋ ਗਏ ਗ੍ਰਿਲ ਦੇ ਕੋਲ। ਮੌਕਾ ਦੇਖ ਕੇ ਮੈਂ ਥੱਲੇ ਉਤਰਿਆ, ਥੱਲੇ ਉਤਰ ਕੇ ਅਤੇ ਜਿਸ ਟਾਈਮ ਮੈਨੂੰ ਥੋੜ੍ਹਾ ਜਿਹਾ ਵੀ ਇੰਨਾ ਅਹਿਸਾਸ ਹੋਇਆ ਕਿ ਹਾਂ ਹੁਣ ਮੈਂ ਉਸਨੂੰ ਰੀਚ ਕਰ ਸਕਦਾ, ਤਾਂ ਮੈਂ ਉੱਥੋਂ ਆਪਣਾ ਇਨੀਸ਼ੀਏਟ ਕੀਤਾ। ਜੀ ਸਰ, ਮੈਂ ਸਭ ਕੋ ਬਸ ਆਹੀ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਮੇਰੇ ਯੂਥ ਨੇ, ਜਿੰਨੇ ਵੀ ਮੇਰੇ ਨਾਲ ਦੇ ਲੋਕ ਨੇ, ਮੇਰੇ ਤੋਂ ਛੋਟੇ ਨੇ, ਮੇਰੇ ਤੋਂ ਵੱਡੇ ਨੇ, ਸਾਰਿਆਂ ਨੂੰ ਆਹੀ ਕਹਿਣਾ ਚਾਹੂੰਗਾ ਕਿ ਮੋਬਾਈਲ ਤੋਂ ਵੀਡੀਓ ਬਣਾਉਣ ਤੋਂ ਚੰਗਾ ਹੈ ਦੋਸਤਾਂ ਦੀ ਆਪਣੀ ਹੈਲਪ ਕਰੋ, ਜਿਹੜਾ ਮੁਸੀਬਤ 'ਚ ਹੈ ਉਹਦੀ ਮਦਦ ਕਰੋ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਆਹੀ ਕਿਹਾ ਕਿ ਇਨਸਾਨੀਅਤ ਤੋਂ ਵੱਡਾ ਧਰਮ ਕੁਛ ਨਹੀਂ ਹੈ, ਇਸ ਲਈ ਇਨਸਾਨੀਅਤ ਲਈ ਤੁਸੀਂ ਸਭ ਕੁਛ ਕਰੋ। ਮਨਜੋਤ ਦੀ ਇਸ ਬਹਾਦਰੀ ਤੋਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਉਸਨੂੰ ਸਨਮਾਨਿਤ ਵੀ ਕੀਤਾ ਹੈ। ਉਸਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਜੀਕੇ ਨੇ ਮਨਜੋਤ ਦੀ ਸਿਵਲ ਸਟੱਡੀ ਦੀ ਤਿਆਰੀ ਦਾ ਸਾਰਾ ਖਰਚਾ ਚੁੱਕਣ ਦਾ ਵੀ ਭਰੋਸਾ ਦੇ ਦਿੱਤਾ ਹੈ। ਸੱਚਮੁੱਚ ਹੀ ਮਨਜੋਤ ਨੇ ਇੱਕ ਵਾਰ ਫਿਰ ਤੋਂ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਕਾਫ਼ੀ ਬਹਾਦਰ ਹੁੰਦੀ ਹੈ। ਬਿਊਰੋ ਰਿਪੋਰਟ, ਪੰਜਾਬ ਟੂਡੇ।